ਇੱਥੇ ਇੱਕ ਤੇਜ਼ ਰਫ਼ਤਾਰ ਕਰੇਟਾ ਕਾਰ ਦਾ ਕਹਿਰ ਨਜ਼ਰ ਆਇਆ, ਜਿਸ ਨੇ ਸੜਕ ਤੇ ਖੜੀ ਦੂਸਰੀ ਕਰੇਟਾ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਇੱਕ ਬੱਚਾ ਗੰਭੀਰ ਜ਼ਖਮੀ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਨੂੰ ਖੂਨੀ ਸੜਕ ਕਿਹਾ ਜਾਂਦਾ। ਜਿੱਥੇ ਇਹ ਭਿਆਨਕ ਹਾਦਸਾ ਹੋਇਆ, ਪੰਪ ਦੇ ਕੋਲ ਕਰੇਟਾ ਕਾਰ ਖੜੀ ਸੀ। ਇਹਨੇ ਨੂੰ ਚਿੱਟੇ ਰੰਗ ਦੀ ਕਰੇਟਾ ਕਾਰ ਪਿੱਛੋਂ ਆਈ, ਜਿਸ ਨੇ ਜ਼ੋਰ ਨਾਲ ਟੱਕਰ ਮਾਰੀ। ਮੌਕੇ ਤੇ ਹੀ ਇੱਕ ਨੌਜਵਾਨ ਨੇ ਦਮ ਤੋੜ ਦਿੱਤਾ, ਜਿਸ ਨੂੰ ਸਰਕਾਰੀ ਹਸਪੀਟਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ। ਇਹ ਤਸਵੀਰਾਂ ਨੌ ਜ਼ਿਲ੍ਹੇ ਦੇ ਕਸੇੜਾ ਦੀਆਂ ਨੇ, ਜਿੱਥੇ ਇਹ ਘਟਨਾ ਹੋਈ, ਭਿਆਨਕ ਸੜਕੀ ਹਾਦਸਾ ਹੋਇਆ। ਰਿਸ਼ਤੇਦਾਰਾਂ ਨੂੰ ਸ਼ੱਕ ਹੈ ਕਿ ਜਾਣ ਬੁੱਝ ਕੇ ਇਹ ਟੱਕਰ ਮਾਰੀ ਗਈ, ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਾਂ ਦੂਜੇ ਪਾਸੇ ਕਰੇਟਾ ਸਵਾਰ ਜਿਸ ਨੇ ਟੱਕਰ ਮਾਰੀ, ਉਹ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਉਸਦੀ ਭਾਲ ਵਾਸਤੇ ਪੁਲਿਸ ਦੇ ਵੱਲੋਂ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ। ਤਾਂ ਦੋ ਕਰੇਟਾ ਕਾਰਾਂ ਦਾ ਇਹ ਭਿਆਨਕ ਐਕਸੀਡੈਂਟ ਹੋਇਆ। ਇੱਕ ਪੰਪ ਦੇ ਕੋਲ ਖੜੀ ਸੀ, ਤਾਂ ਦੂਜੀ ਨੇ ਆ ਕੇ ਜ਼ੋਰਦਾਰ ਟੱਕਰ ਮਾਰੀ। ਇੱਕ ਨੌਜਵਾਨ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਜ਼ਖਮੀ ਬੱਚੇ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੇਖੋ ਭਾਈ, ਬਹੁਤ ਦੁੱਖ ਕੇ ਸਾਥ ਮੁਝੇ ਬਤਾਨਾ ਪੜ ਰਹਾ ਹੈ। ਅੱਜ ਬਹੁਤ ਬੜਾ ਹਾਦਸਾ ਹੈ ਔਰ ਆਪਕੋ ਬਤਾਊਂ, ਇਹ ਮੇਰੇ ਸਾਲੇ ਕਾ ਦਾਮਾਦ ਹੈ, ਜਿਸ ਕੀ ਡੈਥ ਹੋਈ ਹੈ। ਇਹ ਯਹਾਂ ਨੰਦੜ ਹਸਪੀਟਲ ਮੇਂ ਹੀ ਨੌਕਰੀ ਕਰ ਰਹਾ ਥਾ, ਯਹਾਂ ਡਿਊਟੀ ਸੇ ਜਾ ਰਹਾ ਥਾ ਘਰ ਕੇ ਲੀਏ, ਤੋ ਰਾਸਤੇ ਮੇਂ ਘਾਸੇੜੇ ਕੇ ਬਾਜੂ ਪੈਟਰੋਲ ਪੰਪ ਹੈ, ਵਹਾਂ ਇੱਕ ਦੋਸਤ ਥਾ ਘਾਸੇੜੇ ਕਾ, ਉਸਸੇ ਪਟਲੀ ਪੇ ਖੜੇ ਹੋਕੇ ਬਾਤ ਕਰ ਰਹੇ ਥੇ, ਤੋ ਪੀਛੇ ਸੇ ਕੋਈ ਗਾੜੀ ਕਰੇਟਾ ਗਾੜੀ ਬਤਾ ਰਹੇ ਥੇ, ਮੁਝੇ ਤਾਂ ਅਭੀ ਪਤਾ ਨਹੀਂ ਖਾਸ, ਤੋ ਉਸਨੇ ਅਨਬੈਲੈਂਸ ਹੋ ਕੇ ਨਿਨ ਮੈਂ ਖੜੇ ਖੜੇ ਮੈਨੂੰ ਟੱਕਰ ਮਾਰੀ ਹੈ। ਮ੍ਰਿਤਕ ਦਾ ਕੀ ਨਾਮ ਹੈ, ਕੌਣ ਸੇ ਗਾਂਵ ਕਾ? ਮ੍ਰਿਤਕ ਦਾ ਨਾਮ ਮੌਸਿਮ ਹੈ, ਉਸ ਵਾਲਦ ਕਾ ਨਾਮ ਉਮਰ ਮੁਹੰਮਦ ਹੈ, ਜੋ ਪੁਲਿਸ ਮੇਂ ਐਸ ਆਈ ਕੇ ਪਦ ਪਰ ਹੈ, ਔਰ ਰੀਛੋੜਾ ਗਾਂਵ ਸੇ। ਕਿਤਨੀ ਉਮਰ ਸਮਝੇ ਸੀ? ਉਮਰ ਤਕਰੀਬਨ 34-35 ਕੀ। ਹਾਂ, ਸ਼ਾਦੀਸ਼ੁਦਾ ਹੈ, ਚਾਰ ਦੋ ਬੱਚੇ ਹੈ। ਉਸਕੇ ਵੀ ਸਿਰ ਮੇਂ ਫ੍ਰੈਕਚਰ ਹੈ, ਹਾਲਤ ਉਸਕੀ ਵੀ ਅਭੀ। ਪੁਲਿਸ ਕਾਰਵਾਈ ਕਰਨੀ ਪਰ ਅਭੀ ਤੋ ਪੋਸਟ ਮਾਸਟਰ ਕੇ ਲਈ ਯਹਾਂ ਲਾਏ ਹੈ, ਪੋਸਟ ਮਾਸਟਰ ਹੋਗਾ ਉਸਕੇ ਬਾਅਦ ਮੈਂ ਤੋ ਹੁਣ ਤੋ ਇਹ ਕਹੇਂਗੇ। ਦੇਖੋ, ਇਸ ਤਰੀਕੇ ਸੇ ਜੋ ਆਜ ਜੋ ਗਾੜੀ ਜੋ ਡਰਾਈਵਿੰਗ ਕਰ ਰਹੇ ਹੈ, ਜੋ ਪਤਾ ਨਹੀਂ ਨਸ਼ੇ ਮੇਂ ਹੋਤੇ ਹੈ ਯਾ ਕਿਸ ਤਰੀਕੇ ਸੇ ਗਾੜੀ ਚਲਾਤੇ ਹੈ, ਇਸ ਤਰੀਕੇ ਸੇ ਦਿਨ ਮੇਂ ਔਰ ਖੜੇ ਖੜੇ ਪੇ ਮਤਲਬ ਪਟਲੀ ਪੇ ਜੋ ਖੜੇ ਹੋਏ ਜੋ ਟੱਕਰ ਮਾਰੀ ਹੈ, ਤੋ ਮੈਂ ਸਮਝਤਾ ਹੂੰ ਆਕਾਸ਼ ਕੇ ਜੋ ਨੌਜਵਾਨ ਹੈ, ਉਨਕੋ ਸਮਝ ਆਣੀ ਚਾਹੀਏ ਔਰ ਗਾੜੀਆਂ ਕੋ ਸੂਝ ਬੂਝ ਸੇ ਚਲਾਣਾ ਚਾਹੀਏ।